ਹਾਂ ਦੇਖੋ ਜੀ ਇਹ ਆ ਗਿਆ ਹੈ ਬਰਸਨ ਜ ਜਿਵੇਂ ਤੁਸੀਂ ਬਰਸੀਨ ਕਹਿੰਨੇ ਆ ਤੁਹਾਡੇ ਸਾਹਮਣੇ ਇਹ ਗਣ ਕੇ ਪਹਿਲਾ ਲੋ ਸਰੋਂ ਦਾ ਵੜਿਆ ਹੈ ਇਹ ਦੂਸਰਾ ਲੋ ਆ ਰਿਹਾ ਹੈ ਬਰਸਨ ਵਾਲਾ ਤਿਆਰ ਹੋ ਰਿਹਾ ਹੈ ਪਾਣੀ ਸ਼ਾਨੀ ਲਗਾਇਆ ਹੈ ਤੁਹਾਨੂੰ ਦੇਖਦਾ ਵੀ ਹੋਣਾ ਕਿ ਜਦੋਂ ਪਾਣੀ ਲੱਗੇ ਤਾਂ ਫਿਰ ਇੱਕ ਦਫਾ ਅਸਰ ਕਰਦਾ ਖਾਦ ਪਾ ਕੇ ਪਾਣੀ ਲਾਓ ਤਾਂ ਕਿ ਪੱਠੇ ਹਾਂਜੀ ਨਸ਼ਨਮਾ ਇਹਨਾਂ ਦੀ ਅੱਛੀ ਹੋਵੇ ਅੱਛਾ ਯਾਨੀ ਕਿ ਪਰਵਿਸ਼ ਕਰਨ ਜਲਦੀ ਬਦਨ ਖੁਲਣ ਪਾਣੀ ਲਾੰਨਾਂ ਵੀ ਠੀਕ ਹੁੰਦਾ ਹੈ ਲੇਕਿਨ ਕਿ ਤੁ ਖਾਦ ਪਾ ਕੇ ਆਪਾਂ ਪਾਣੀ ਲਾੰਨੇ ਆ ਉਸ ਉਸ ਟਾਈਮ ਪਾਣੀ ਦਾ ਅਸਰ ਦੁਗਣਾ ਹੁੰਦਾ ਇਹਨਾਂ ਤੇ ਇਹ ਦੇਖ ਸਕਦੇ ਹੋ ਪਾਣੀ ਖਾਦ ਪਾ ਕੇ ਪਾਣੀ ਲਗਾਇਆ ਸੀ ਹੁਣ ਯਾਨੀ ਕਿ ਪੱਠੇ ਕੇੰਦਨ ਤੁਰ ਪੰਜਾਬੀ ਚ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਕੰਦਨ ਪੱਠੇ ਤੁਰ ਪਏ ਨੇ ਤਿੰਨ ਦਿਨ ਪਹਿਲਾਂ ਪਾਣੀ ਲਾਇਆ ਹੈ ਪੱਠਿਆਂ ਦਾ ਰੰਗ ਰੂਪ ਬਣ ਗਿਆ ਠੀਕ ਹੈ ਇਹ ਬਰਸੀਨ ਦਾ ਇਹ ਦੇਖੋ ਕਾਫੀ ਹੱਦ ਤੱਕ ਇਹਦੇ ਚ ਕਾਚ ਨਹੀਂ ਆ ਗਈ ਹੈ ਪਤਾ ਨਹੀਂ ਕੀ ਰੋਲਾ ਹੈ ਅਸੀਂ ਹਰ ਹਰ ਦਫਾ ਹੀ ਬੀਜਦੇ ਆ ਤੇ ਬਰਸੀਨ ਆ ਲੇਕਿਨ ਨਿਕਲਦੀ ਕਾਚ ਨਹੀਂ ਹੈ ਪਤਾ ਨਹੀਂ ਸਾਡੇ ਮੁਕੱਦਰ ਚ ਕਾਚ ਨਹੀਂ ਆ ਗਈ ਹੈ ਜਾਂ ਕੀ ਰੋਲਾ ਹੈ ਕਾਚ ਨਹੀਂ ਵੀ ਠੀਕ ਹੁੰਦੀ ਹੈ ਲੇਕਿਨ ਤੁਹਾਨੂੰ ਪਤਾ ਹੈ ਕੱਦ ਨਹੀਂ ਕਰਦੀ ਔਰ ਕਾਦ ਨਹੀਂ ਕਰਦੇ ਪੱਠਾ ਵੀ ਕੰਮ ਨਿਕਲਦਾ ਹੈ ਪਰ ਸਿੰਜੜਾ ਹੁੰਦਾ ਥੋੜਾ ਵੱਡਾ ਹੁੰਦਾ ਹੈ ਔਰ ਵੱਡਣਾ ਵੀ ਆਸਾਨ ਹੁੰਦਾ ਹੈ ਕਾਚ ਨਹੀਂ ਵੱਡਣਾ ਥੋੜੀ ਮੁਸ਼ਕਲ ਹੁੰਦੀ ਹੈ ਰਹਦੀ ਵੀ ਨਹੀਂ ਕੀ ਹੈ